ਹਾਂਜੀ ਬਾਬਿਓ, ਬੜੀ ਰਿਕੁਐਸਟ ਆਈ ਸੀ ਮਸਟੈਂਗ ਦਾ ਰਿਵਿਊ ਲੈ ਕੇ ਆਓ, ਤੇ ਮੈਂ ਕਿਹਾ ਭਰਾਵਾਂ ਦੀ ਰਿਕੁਐਸਟ ਪੂਰੀ ਕਰਨੀ ਪੈਣੀ ਆ। ਆਪਾਂ ਜੇ ਲਾਈਟਸ ਤੋਂ ਡਿਜ਼ਾਈਨ ਤੋਂ ਗੱਲ ਕਰਦੇ ਹਾਂ, ਟ੍ਰੈਡੀਸ਼ਨਲ 3 LED ਸਟ੍ਰਿਪਸ ਆ, ਇੱਧਰ ਪ੍ਰੋਜੈਕਟਰ ਹੈਡ ਲੈਂਪ ਆ, LED ਲਾਈਟਸ ਆ ਇਹਦੀਆਂ, ਟਰਨ ਸਿਗਨਲ ਵੀ LED ਆ, ਐਂਡ ਇੱਧਰ ਛੋਟੀ LED ਲਾਈਟ ਲੱਗੀ ਆ। ਜੇ ਆਪਾਂ ਇੱਧਰ ਆ ਜਾਈਏ, ਕਰੋਮ 'ਚ ਮਸਟੈਂਗ ਦਾ ਲੋਗੋ ਆ, ਫਰੰਟ ਸਪਲਿਟਰ ਆ ਜਿਹੜਾ ਇਹ ਪਲਾਸਟਿਕ ਦਾ ਆ, ਆਹ ਚੀਜ਼ ਫੇਕ ਨਹੀਂ, ਇਹਦਾ ਵੀ ਪਰਪਸ ਆ, ਚੈਨਲ ਕਰਦੀ ਆ ਪਿੱਛੋਂ ਹਵਾ, ਇੱਧਰ ਏਅਰ ਫਲੋ ਲਈ ਬਣਿਆ ਆ ਇੱਧਰ, ਜਿਹੜਾ ਟਾਇਰਾਂ ਨੂੰ ਤੁਹਾਡੇ ਕੂਲ ਰੱਖੇ। ਅਤੇ ਇਹਦੇ ਜਿਹੜੇ ਆ ਅਲੋਏ ਵੀਲਸ ਆ, ਸਟੋਕ ਅਲੋਏ ਵੀਲਸ ਆ, ਐਂਡ ਆਪਾਂ ਇਹਦਾ ਪਹਿਲੇ ਇੰਜਨ ਚੈੱਕ ਕਰਦੇ ਹਾਂ, ਅਤੇ ਫਿਰ ਇੱਕ 360 ਲਵਾਂਗੇ ਟਰੰਕ, ਅਤੇ ਫਿਰ ਆਪਾਂ ਇੰਟੀਰੀਅਰ 'ਚ ਚੱਲਾਂਗੇ। ਜੇ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ, V4 ਈਕੋਬੂਸਟ ਇੰਜਨ ਆ, 300 ਹਾਰਸ ਪਾਵਰ ਆ। ਰੀਜ਼ਨ ਇਹਦਾ ਇਹ ਆ ਕਿ ਐਵਰੇਜ ਜੇ ਆਪਾਂ ਦੇਖੀਏ 100 ਕਿਲੋਮੀਟਰ 'ਤੇ ਸਿਰਫ 10 ਕੁ ਲੀਟਰ ਲੈਂਦੀ ਆ, ਜੇ ਵਧੀਆ ਆਰਾਮ ਨਾਲ ਚਲਾਓ, ਜੇ ਬਹੁਤ ਹੀ ਭਜਾਓ ਫਿਰ ਉਸ ਹਿਸਾਬ ਨਾਲ ਚੱਲੂਗੀ। ਜਿਹੜੇ ਆਪਾਂ ਇੱਧਰ ਵੈਂਟਸ ਲੱਗਿਆ, ਇਹਨਾਂ ਦੀ ਗੱਲ ਕਰੀਏ, ਫੇਕ ਵੈਂਟਸ ਆ, ਇਹਨਾਂ ਦਾ ਕੋਈ ਪਰਪਸ ਨਹੀਂ ਆ, ਬਸ ਸ਼ੋ ਲਈ ਆ ਇਹ। ਐਂਡ ਜੇ ਆਪਾਂ ਗੱਲ ਕਰੀਏ ਹੁੱਡ ਦੀਆਂ ਲਾਈਨਸ ਬਹੁਤ ਸੋਹਣੀਆਂ ਲੱਗਦੀਆਂ, ਮੈਨੂੰ ਲੱਗਦਾ ਕੈਮਰਾ ਜਸਟਿਸ ਨਹੀਂ ਕਰ ਪਾਉਂਦਾ ਉਹ ਚੀਜ਼। ਜੇ ਆਪਾਂ ਇੱਧਰ ਵੀ ਗੱਲ ਕਰੀਏ ਸਾਈਡ 'ਤੇ ਆ ਜਾਈਏ, ਆ ਜਿਹੜੀਆਂ ਲਾਈਨਸ ਆ ਇਹ ਬਹੁਤ ਘੈਂਟ ਲੱਗਦੀਆਂ, ਐਂਡ ਥੱਲੇ ਇਹਨੂੰ ਕਹਿੰਦੇ ਕੀ ਆ ਮੈਂ ਭੁੱਲ ਗਿਆ, ਇਹਦਾ ਫਿਊਲ ਡੋਰ ਹੈ ਜੀ, ਜੇ ਤਾਂ ਕਦੀ ਦਿਲ ਕਰੇ ਤੇਲ ਭਰਾਉਣ ਨੂੰ ਮੈਨੂੰ ਦੱਸ ਦਿਓ। ਟਰੰਕ ਸਪੇਸ ਦੀ ਗੱਲ ਕਰੀਏ, ਆਪਾਂ ਵੂਫਰ ਲੱਗਾ ਆ, ਡੱਬਾ ਲੱਗਾ ਆ, ਐਂਡ ਠੀਕ ਆ, ਕਮੈਰੋ ਦੇ ਕੰਪੈਰੀਟਿਵਲੀ ਮੈਨੂੰ ਲੱਗਦਾ ਸੇਮ ਜਿਹਾ ਹੀ ਆ ਇਹ ਕੰਮ। ਇਹਦੇ ਟਰਨ ਸਿਗਨਲਸ ਆ ਜਿਹੜੇ ਮਸਟੈਂਗ ਦੇ ਸਿਗਨੇਚਰ ਟਰਨ ਸਿਗਨਲਸ, ਇਹ ਸੋਹਣੇ ਲੱਗਦੇ ਆ, ਐਂਡ ਪਿੱਛੇ ਪਾਰਕਿੰਗ ਸੈਂਸਰਸ ਆ, ਐਂਡ ਇੱਧਰ ਐਗਜ਼ੋਸਟ ਸਟੈਪਸ ਆ, ਓਰਿਜਨਲ ਫੇਕ ਕੰਮ ਨਹੀਂ ਆ ਜੀ ਕੋਈ ਵੀ ਇਹਦਾ। ਜੇ ਆਪਾਂ ਡੋਰ ਦੀ ਗੱਲ ਕਰੀਏ, ਇਹ ਸੋਫਟ ਪਲਾਸਟਿਕ ਆ, ਐਂਡ ਇੱਧਰ ਜੇ ਗੱਲ ਕਰੀਏ ਸਾਰਾ ਲੈਦਰ ਆ, ਆਰਮਰੈਸਟ ਵੀ ਲੈਦਰ ਦਾ, ਇਹ ਮੈਨੂੰ ਥੋੜ੍ਹੀ ਕਰੋਮਿਸ਼ ਜੀ ਲੱਗਦੀ ਆ, ਪਰ ਮੈਨੂੰ ਲੱਗਦਾ ਇਹ ਪਲਾਸਟਿਕ, ਆਮ ਨੋਟ ਸ਼ੋਰ, ਇਹ ਵੀ ਮੈਨੂੰ ਪਲਾਸਟਿਕ ਬਿੱਟ ਲੱਗਦੀ ਆ। ਅਤੇ ਇੱਧਰ ਤੁਹਾਡੇ ਵਿੰਡੋ ਦੇ ਕੰਟਰੋਲਸ ਆ, ਇੱਧਰ ਤੁਹਾਡੇ ਮਿਰਰ ਦੇ ਕੰਟਰੋਲਸ ਆ, ਐਂਡ ਇੱਧਰ ਛੋਟੀ ਜਿਹੀ ਸਟੋਰੇਜ ਕਬੀ ਆ, ਐਂਡ ਇੱਧਰ ਸਪੀਕਰ ਲੱਗਾ ਆ, ਐਂਡ ਕਰੋਮ ਸਰਾਊਂਡਿੰਗ ਆ, ਅਤੇ ਇੱਧਰ ਮਸਟੈਂਗ ਦਾ ਲੋਗੋ। ਸੀਟਸ ਇਹਦੀਆਂ ਪਾਵਰ ਐਡਜਸਟੇਬਲ ਆ, ਐਂਡ ਜਿਹੜੀ ਅੱਗੇ ਪਿੱਛੇ ਕਰਨੀ ਆ ਸੀਟ, ਉਹ ਹੱਥ ਨਹੀਂ ਕਰਨੀ ਪੈਣੀ, ਦੇਸੀ ਜਗਾੜ ਦਾ ਕੰਮ। ਆਹ ਲੈਦਰ ਸੀਟਾਂ ਜੀ ਇਹਦੀਆਂ, ਬਾਬੇ ਸੀਟਾਂ ਕੰਫਰਟੇਬਲ ਆ, ਟੂ ਮੱਚ ਕੰਫਰਟੇਬਲ। ਇੱਧਰ ਤੁਹਾਡੇ ਸਾਰੇ ਲਾਈਟਿੰਗ ਦੇ ਕੰਟਰੋਲਸ ਆ, ਇੱਧਰ ਇੰਟੀਰੀਅਰ ਲਾਈਟਸ ਦੇ, ਡਿਮ ਕਰਨੀ ਆ, ਬ੍ਰਾਈਟਨ ਕਰਨੀ ਆ, ਇੱਧਰ ਪੈਡਲ ਸ਼ਿਫਟਰ ਆ, ਕਮੈਰੋ ਵਾਂਗੂ ਫੇਕ ਪੈਡਲ ਸ਼ਿਫਟਰ ਨਹੀਂ ਆ, ਓਰਿਜਨਲ ਪੈਡਲ ਸ਼ਿਫਟਰ ਆ, ਐਂਡ ਇੱਧਰ ਇੱਦਾਂ ਲੱਗਦਾ ਬਟਨਸ ਦਾ ਨਾ ਬਫੇ ਲੱਗਿਆ ਹੁੰਦਾ ਆ। ਇੱਧਰ ਵੋਲਿਊਮ ਦੇ ਕੰਟਰੋਲਸ ਆ, ਨਾਲ ਤੁਹਾਡੀ ਮਿਊਜ਼ਿਕ ਅੱਗੇ ਪਿੱਛੇ, ਇੱਧਰ ਕਰੂਜ਼ ਕੰਟਰੋਲ ਦਾ ਆ ਸਾਰਾ, ਇੱਧਰ ਤੁਹਾਡਾ ਫੋਨ ਚੁੱਕਣਾ, ਇਹ ਤੁਹਾਡੀ ਸਾਰੀ ਜਿਹੜੀ ਇੱਥੇ ਸਕਰੀਨ ਆ ਜਿਹੜੀ ਉਹ ਕੰਟਰੋਲ ਕਰਨ ਲਈ ਆ। ਇਹਦੇ ਜਿਹੜੇ ਗੇਜ ਕਲਸਟਰ ਆ, ਐਨਾਲੋਗ ਗੇਜ ਕਲਸਟਰ ਆ, ਇਹਦੇ 'ਚ ਇਹ ਵੀ ਆਪਸ਼ਨ ਹੈਗੀ ਆ, ਤੁਸੀਂ ਡਿਜੀਟਲ ਵੀ ਲੈ ਸਕਦੇ ਹੋ, ਐਂਡ ਇਹ ਸਾਰੇ ਦੇ ਸਟਾਕ ਦੇ ਕੰਟਰੋਲਸ ਆ, ਇੱਧਰ ਤੁਹਾਡੇ ਵਾਈਪਰ ਦੇ ਕੰਟਰੋਲਸ ਆ ਜਾਂਦੇ ਆ। ਇੱਧਰ ਆਪਾਂ ਆ ਜਾਈਏ, ਇਹ ਈਕੋਬੂਸਟ ਪ੍ਰੀਮੀਅਮ ਆ, ਅਤੇ ਇਹਦੇ 'ਚ ਹੀਟਡ ਸੀਟਸ ਆ 3-way adjustable and cooled seats are 3-way adjustable. Mustang di chabi edda di hai ji, e unlock a lock a start ho jandi hai remote ton, trunk release, panic button, te piche Mustang ghoda lagga hai, automatic a 10 speed, idhar volume de controls a, fir idhar gaana agge piche, idhar tune, and je apa idhar aaji jehdi knobs a etto mode change hunde a upar nu karke, idharon steering ਨੋਰਮਲ ਸਪੋਰਟ ਅਤੇ ਕੰਫਰਟ, ਐਂਡ ਇੱਧਰੋਂ ਟਰੈਕਸ਼ਨ ਆਫ ਹੋ ਜਾਂਦੀ ਆ, ਜਿਹਨੂੰ ਹੋਲਡ ਅੱਪਾ ਕਰਕੇ ਰੱਖੀਏ ਫਿਰ ਚੰਗੀ ਤਰ੍ਹਾਂ ਟਰੈਕਸ਼ਨ ਆਫ ਹੋ ਜਾਂਦੀ ਆ, ਐਂਡ ਇਹ ਹੈਜ਼ਰਡ ਦਾ ਸਵਿੱਚ ਆ, ਐਂਡ ਪੁਸ਼ ਟੂ ਸਟਾਰਟ। ਇੱਧਰ ਥੋੜ੍ਹੀ ਜਿਹੀ ਸਟੋਰੇਜ ਆ ਆਪਣੀ ਮਿੰਟ ਮੁੰਟ ਰੱਖਣ ਲਈ, 2 ਕੱਪ ਹੋਲਡਰਸ ਨੇ, ਐਂਡ ਇੱਧਰ ਤੁਹਾਡਾ ਆਰਮ ਰੈਸਟ, ਇੱਧਰ ਸਾਰਾ ਸਮਾਨ ਪਿਆ ਆ, ਇਹ ਹੈਂਡ ਬ੍ਰੇਕ ਆ ਇਹਦੀ। ਅਤੇ ਆਪਾਂ ਜੇ ਇੱਧਰ ਆ ਜਾਈਏ, ਮਸਟੈਂਗ ਦਾ ਲੋਗੋ ਲੱਗਾ ਆ, ਐਂਡ ਇਹਦਾ ਗਲਵ ਬਾਕਸ। ਐਂਡ ਆਪਾਂ ਇੱਥੇ ਗੱਲ ਕਰੀਏ, ਇੱਥੇ ਸਟਿਚਿੰਗ ਆ, ਪਰ ਇਹ ਫੇਕ ਸਟਿਚਿੰਗ ਆ ਸਾਰੀ, ਅਤੇ ਇੱਥੇ ਵੀ ਸਟਿਚ ਹੋਇਆ ਆ,
ਪਲਾਸਟਿਕ ਹੀ ਆ ਮੈਨੂੰ ਲੱਗਦਾ, ਐਂਡ ਇਹ ਵੀ ਪਲਾਸਟਿਕ ਹੀ ਜਿਹਾ ਲੱਗਦਾ ਹੈ ਕੰਮ ਸਾਰਾ, ਯੈਲੋ ਇਹ ਥੋੜ੍ਹਾ ਬਹੁਤ ਬਹੁਤ ਚੀਪ ਮਟੀਰੀਅਲ ਲੱਗਦਾ ਆ, ਕੰਮ ਖਰਾਬ ਹੀ ਹੈ ਜੀ ਇਹਦਾ ਤਾਂ ਮੈਂ ਸੱਚੀ ਦੱਸਾਂ। ਮੇਰੇ ਅਲਟੀਫਾ ਕੀ ਇੱਦਾਂ ਦਾ ਵਧੀਆ ਆ, ਸੋਹਣੇ ਜਿਹੇ ਮੁਖੜਾ, ਇੱਧਰ ਬਾਬਾ ਜੀ ਸਾਡੇ ਕੈਮਰਾ ਆਇਆ ਅੱਜ ਦੇ ਯੋ, ਇਹਦੀ ਸਕਰੀਨ ਆ ਟੱਚ ਸਕਰੀਨ ਆ ਜੀ, ਸਿੰਕ 3 ਲੇਟੈਸਟ 4 ਦਾ, ਟੱਚ ਲੈਗ ਨਹੀਂ ਕਰਦੀ ਸਕਰੀਨ, ਇਹ ਫਾਇਦਾ ਹੈਗਾ ਇਹਦਾ। ਐਂਡ ਤੁਸੀਂ ਆਪਣੇ ਕਲਾਈਮੇਟ ਇੱਥੋਂ ਹੀ ਚੇਂਜ ਕਰ ਸਕਦੇ ਹੋ, ਇਹ ਘੈਂਟ ਆ ਕੰਮ। ਆਪਾਂ ਸਕਰੀਨ 'ਚ ਬਹੁਤਾ ਇਨ ਡੈਪਥ ਨਹੀਂ ਜਾਣਾ, ਫਿਰ ਬੋਰਿੰਗ ਹੋ ਜਾਂਦਾ ਕੰਮ। ਮੈਂ ਜਿਹੜੀ ਆ ਸੀਟ ਅਗਲੀ ਆਪਣੀ ਹਾਈਟ ਦੇ ਹਿਸਾਬ ਨਾਲ ਸੈੱਟ ਕਰ ਲਈ ਆ, ਐਜ਼ ਰੈਫਰੈਂਸ ਮੇਰੀ ਹਾਈਟ 5'10 ਆ, ਅਤੇ ਹੁਣ ਪਿੱਛੇ ਬਹਿ ਕੇ ਦੇਖਦੇ ਹਾਂ। ਇਹ ਵੀ ਇੱਕ ਆਪਣੇ ਆਪ 'ਚ ਹੀ ਪ੍ਰੋਸੈਸ ਆ ਪਿੱਛੇ ਬਹਿਣਾ ਵੀ। ਆਪਾਂ ਜੇ ਪਿੱਛੇ ਬੈਠੇ ਲਈ ਦੀ ਆਮਰੈਸ ਦੀ ਗੱਲ ਕਰ ਲਈਏ, ਚੀਪ ਪਲਾਸਟਿਕ ਆ ਜੀ ਇਹਦੇ, ਪਲਾਸਟਿਕ ਆ, ਪੈਡਿੰਗ ਨਕਲੀ ਪੈਡਿੰਗ ਆ ਇਹ, ਅਤੇ ਲੱਤਾਂ ਮੇਰੀਆਂ ਟਾਈਟ ਆ ਪਰ ਫਿਰ ਵੀ ਬਹਿ ਸਕਦਾ ਮੈਂ, ਪਰ ਚੱਕਰ ਇਹ ਆ ਮੇਰਾ ਸਿਰ ਉੱਤੇ ਵੱਜਦਾ ਆ, ਮੈਂ ਇੱਦਾਂ ਬਹਿਣਾ ਪਊਗਾ ਮੈਨੂੰ, ਜਿਹਦਾ ਪਿੱਛੇ ਬੈਠਾ ਨਾ ਮੇਰਾ ਆਹ ਕੰਮ ਔਖਾ ਆ। ਛੋਟੀ ਜਿਹੀ ਵਿੰਡੋ ਆ ਪਿੱਛੇ, ਐਂਡ ਵਿਊ ਬਹੁਤ ਘੈਂਟ ਆ ਜੀ ਪਿੱਛੇ ਬੈਠੇ ਵਾਲੇ ਬੰਦੇ ਦਾ। ਬਾਬੇ ਇੱਕ ਵਾਰੀ ਐਗਜ਼ੌਸਟ ਨੂੰ ਚੈੱਕ ਕਰ ਲਓ, ਮਸਟੈਂਗ ਦੀ ਡਰਾਈਵ ਜੀ, ਦੇਖਦੇ ਹਾਂ ਹੁਣ ਕੀ ਬਣਦਾ। ਟ੍ਰੈਕਸ਼ਨ ਆਫ ਕੀਤੀ ਆ, ਮਸਟੈਂਗ ਬਾਰੇ ਖਿਆਲ ਇਹ ਆ ਰਹੇ ਨੇ, ਜਿਹੜਾ ਦੇ ਮਸਟੈਂਗ ਲੈਂਦਾ ਆ V8, ਇੱਕ ਵਾਰੀ ਜਦੋਂ ਪੁਸ਼ ਕਰਨ ਲੱਗ ਪਓ ਤੇ ਉੜਦੀ ਜਾਂਦੀ ਆ, ਜਦੋਂ ਤੁਸੀਂ ਸਟਾਰਟ ਕਰਦੇ ਇੱਕ ਵਾਰੀ ਰੋਕ ਕੇ ਥੋੜ੍ਹਾ ਜਿਹਾ ਇੱਕ ਅੱਧਾ ਸਕਿੰਟ ਲੈਂਦੀ ਆ ਟਰਬੋ ਕਿਕ ਇਨ ਕਰਨ 'ਚ, ਪਰ ਬਾਅਦ 'ਚ ਦੇ ਦੇਖੋ, ਬਾਅਦ 'ਚ ਦੇ ਜੀ ਬਹੁਤ ਘੈਂਟ ਆ ਯਾਰ। ਮਸਟੈਂਗ ਦੀ ਡਰਾਈਵ ਤਾਂ ਕੰਫਰਟੇਬਲ ਆ, V4 ਦੀ ਘੈਂਟ ਆ ਕੰਮ, ਆਲ ਇਨ ਵਨ ਆ, ਨਾਲੇ ਐਵਰੇਜ ਵੀ ਵਧੀਆ ਦੇ ਦਿੰਦੇ ਹੀ ਆ। ਜੇ ਆਪਾਂ ਐਵਰੇਜ ਦੀ ਗੱਲ ਕਰੀਏ, 11 ਲੀਟਰ ਲੈ ਰਹੀ ਆ ਪਰ 100 ਕਿਲੋਮੀਟਰ 'ਤੇ, ਜਿਹੜੀ ਕਿ ਯਾਰ ਵਧੀਆ ਆ। ਜੇ ਤੁਸੀਂ ਮੇਰੇ ਵਾਂਗੂ ਚਲਾਓਗੇ ਫਿਰ ਤਾਂ 12-13 'ਤੇ ਪਹੁੰਚ ਜਾਊਗੀ, ਵੀ ਆਪਣੀ ਮੇਰੀ ਚਲਾਉਣੀ ਉੱਦਾਂ ਦੀ ਆ, ਇਹ ਚੱਕਰ ਆ। ਠੀਕ ਹੈ ਜੀ, ਓਕੇ ਫਿਰ, ਅਗਲੀ ਵੀਡੀਓ ਮਿਲਦਾ ਜੀ, ਲਾਈਕ ਕਮੈਂਟ ਸ਼ੇਅਰ ਸ਼ੁਰੂ ਕਰ ਦਿਓ ਜੇ ਕਰਨੀ ਹੋਊਗੀ। ਠੀਕ ਆ, ਓਕੇ।